ਦੋਸਤੋ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪਣੇ ਕਿਸਾਨ ਵੀਰਾਂ ਭੈਣਾਂ ਲਈ ਇੱਕ ਚਾਰ ਕਲੈਨਾਂ ਲਿਖੀਆਂ ਨੇ, ਉਹ ਤੁਹਾਡੀ ਨਜ਼ਰ ਕਰ ਲੱਗ ਗਏ। ਆਸ ਕਰਦਾ ਹਾਂ ਕਿ ਜ਼ਰੂਰ ਪਸੰਦ ਕਰੋ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਬਾੜੀਏ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਬਾੜੀਏ। ਹੋ ਪੁੱਤਾਂ ਵਾਂਗੂ ਪਾਲਿਆ ਏ ਤੈਨੂੰ, ਸੋਨੇ ਰੰਗੀਏ ਨੀ ਦੇ ਜਾ ਸੁੱਖ ਭਾਗਾਂ ਵਾਲੀਏ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਵਾਲੀਏ। ਪਿਛਲੇ ਵਰੇ ਦਾ ਜਿਹੜਾ ਬਾਪੂ ਸਿਰ ਕਰਜ਼ਾ ਏ, ਇੱਕੋ ਵਾਰੀ ਦੇਣਾ ਸੀ ਮੋੜਨੀ। ਬਚੀ ਇੱਕ ਅੱਗ ਦੂਜੀ ਗੜਿਆਂ ਦੀ ਮਾਰ ਤੋਂ, ਫਿਰ ਰਹਿਣੀ ਜ਼ਿੰਦਗੀ 'ਚ ਥੋੜਨੀ। ਤੂੜੀ ਭਰਨੀ ਆ ਠੋਕ ਠੋਕ ਕੇ, ਹੋ ਤੂੜੀ ਭਰਨੀ ਆ ਠੋਕ ਠੋਕ ਕੇ, ਲਾਈਟ ਰਾਲੀ ਉੱਤੇ ਨਵੀਂ ਜਾਲੀਏ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਵਾਲੀਏ। ਭੈਣ ਦੇ ਵਿਆਹ ਦੀ ਵੀ ਤਰੀਕ ਨੇੜੇ ਆ ਗਈ, ਬੇਬੇ ਬਾਪੂ ਫਿਕਰਾਂ 'ਚ ਰਹਿਣੀ। ਬੇਬੇ ਨੇ ਸਿਖਾਏ ਸਾਰੇ ਕੰਮ ਕਾਜ ਧੀ ਨੂੰ, ਸੁਖੀ ਵਸੇ ਸਹੁਰੇ ਘਰ ਪੈਣਨੀ। ਉੱਤੋਂ ਮੰਗਦਾ ਵਿਚੋਲਾ ਮੁੰਦੀਆਂ, ਹੋਏ ਉੱਤੋਂ ਮੰਗਦਾ ਵਿਚੋਲਾ ਮੁੰਦੀਆਂ, ਉਹਨੂੰ ਕਿਹੜੀ ਗੱਲ ਕਹਿ ਕੇ ਅਸੀਂ ਟਾਲੀਏ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਵਾਲੀਏ। ਮਿੱਟੀ ਨਾਲ ਮਿੱਟੀ ਹੋ ਕੇ ਕੀਤੀਆਂ ਕਮਾਈਆਂ, ਲੱਗੇ ਨਾ ਕੋਈ ਫਸਲਾਂ ਨੂੰ ਲਾਗਨੀ। ਇੱਕ ਵਾਰੀ ਪਹੁੰਚ ਜਾ ਤੂੰ ਖੇਤ ਵਿੱਚੋਂ ਮੰਡੀ, ਸੁੱਤੇ ਹੋਏ ਜਗ੍ਹਾ ਦੇ ਸਾਡੇ ਭਾਗਨੀ। ਹੋ ਕਰੂ ਖੇਤੀ ਹਰਜੀਤ ਬਾਪੂ ਨਾਲ, ਕਰੂ ਖੇਤੀ ਹਰਜੀਤ ਬਾਪੂ ਨਾਲ, ਉਹੀ ਅੰਨਦਾਤਾ ਉਹੀ ਹਾਲੀ ਪਾਲੀਏ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਵਾਲੀਏ। ਹੋ ਘਰ ਆ ਜਾ ਨੀ ਫਸਲ ਹਾੜੀਏ, ਸਾਨੂੰ ਤੇਰੇ ਉੱਤੋਂ ਆਸ ਵਾਲੀਏ।